بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾ ਪੈਣਾ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਚੇਤੇ ਕਰਾਉਣਾ ਹੈ ਕਿ ਜੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ ਤਾਂ ਕਿ ਤਗੜਾ ਹੋ ਸਕੇ ਤੇ ਸਾਡੀ ਆਵਾਜ਼ ਦੂਰ ਤੱਕ ਜਾਏ ਹੁਣ ਆਉਣੇ ਅੱਜ ਦੀ ਗੱਲ ਵਾਲੇ ਪਾਸੇ ਅੱਜ ਦੀ ਗੱਲ ਹੈ Munshi ਆਪਣਾ ਆਪਣਾ ਤੁਸੀਂ ਸੋਚਦੇ ਹੋਗੇ ਗਿੱਲ ਸਾਹਿਬ ਇਹ ਕੀ ਗੱਲ ਕਰ ਚੜੀ Munshi ਤੇ ਆਪਣਾ ਆਪਣਾ ਹੀ ਹੁੰਦਾ ਉਹ ਕਿਹੜਾ ਆੜਤੀਆ ਹੋਏਗਾ ਕਿਹੜਾ ਕਾਰੋਬਾਰੀ ਹੋਏਗਾ ਜਿਹੜਾ ਮੁੰਸ਼ੀ ਆਪਣਾ ਨਹੀਂ ਰੱਖੇਗਾ ਮੁੰਸ਼ੀ ਕਿਸੇ ਦਾ ਥੋੜਾ ਥੋੜੀ ਰਕੀਦਾ ਹੈ ਮੁੰਸ਼ੀ ਤੇ ਆਪਣਾ ਹੀ ਰੱਖੀਦਾ ਹਿਸਾਬ ਕਿਤਾਬ ਲਈ ਪਰ ਮੈਂ ਤੁਹਾਡੇ ਅੱਗੇ ਅੱਜ ਦਾ ਜਿਹੜਾ ਕਿੱਸਾ ਰੱਖਣਾ ਹੈ ਕਜੀਆ ਰੱਖਣਾ ਉਹ ਹੈ ਹੀ ਇਹ ਫਿਰ ਰੋਣਾ ਹੀ ਐਸ ਵੇਲੇ ਮੁਸੀਬਤ ਹੀ ਐਸ ਵੇਲੇ ਪਈ ਹੈ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਐਡਾ ਗੁੱਸੇ ਵਰਗਾ ਘਸੇ ਵਰਗਾ ਮੂੰਹ ਬਣਿਆ ਅੱਜ ਕੱਲ ਇਹ ਇਸੇ ਗੱਲ ਤੋਂ ਤੇ ਬਣਿਆ ਕਿਹੜਾ ਵੱਡਾ ਸੌਕਰ ਹੈ ਉਹ ਆਖਣ데요 ਵੀ ਭਾਈ ਮੁੰਸ਼ੀ ਵੀ ਮੇਰਾ ਰੱਖਣਾ ਦੋ ਮੁੰਸ਼ੀ ਆਪਣਾ ਆਪਣਾ ਨਹੀਂ ਇਸੇ ਗੱਲ ਦੀ ਰੌਲਾ ਹੀ ਰਜਾਈਦਾ ਹੈ ਇਸੇ ਗੱਲ ਦਾ ਤੇ ਰੌਲਾ ਬਣਿਆ ਹੋਇਆ ਹੈ ਇਹ ਬੜਾ ਅੱਜ ਦਿਲਚਸਪ ਟੌਪਿਕ ਵੀ ਹੈ ਤੇ ਬੜਾ ਸੰਘਣਾ ਟੌਪਿਕ ਵੀ ਹੈ ਇਸ ਲਈ ਜੰਮ ਕੇ ਬੈਠ ਕੇ ਸੁਣਨੀ ਹੈ ਪੂਰੀ ਗੱਲ ਲੰਮਾ ਨਹੀਂ ਅੱਜ ਦਾ ਵੀਲੌਗ ਛੋਟਾ ਹੈ ਲੇਕਿਨ ਜਿੰਨੀ ਗੱਲ ਹੈ ਉਹ ਪੂਰੇ ਧਿਆਨ ਨਾਲ ਸੁਣਨੀ ਹੈ ਹੋਇਆ ਕੁਝ ਇੰਜ ਹੈ ਕਿ ਨੂਨ ਲੀਗ ਆਈ ਹੈ ਹਕੂਮਤ 'ਚ ਤੇ ਚੌਧਰੀ ਨਿਜ਼ਾਮਦੀਨ ਨੇ ਮੁੰਸ਼ੀ ਆਪਣਾ ਰੱਖ ਲਿਆ ਉਹਨਾਂ ਨੇ ਨੂਨ ਲੀਗ ਵਾਲਿਆਂ ਦਾ ਮੁੰਸ਼ੀ ਹਸਾਕਦਾਰ ਜਿਹੜਾ ਉਹ ਖਜ਼ਾਨੇ ਤੇ ਨਿਭਾਇਆ ਇੱਥੋਂ ਮੈਨੂੰ ਚੇਤੇ ਆਇਆ ਪੀ ਫੈਸਲਾਬਾਦ ਦੇ ਜਦੋਂ ਵੱਡੇ ਹੋ ਰਹੇ ਸਨ ਤੇ ਇੱਕ ਸ਼ਹਿ ਦੇਖਦੇ ਸਾਂ ਵੀ ਜਿਹੜੇ ਵੀ ਸ਼ੇਖ ਸਾਹਿਬ ਸਨ ਕਾਰੋਬਾਰੀ ਬੰਦੇ ਸਨ ਉਹ ਉਤੇ ਆਪਣਾ ਜਿਹੜਾ ਸਭ ਤੋਂ ਚੰਗਾ ਤਗੜਾ ਪੁੱਤਰ ਹੁੰਦਾ ਸੀ ਨਾ ਜਿੱਤੇ ਮੁਕੰਮਲ ਇਤਵਾਰ ਹੁੰਦਾ ਸੀ ਉਹਨੂੰ ਗੱਲੇ ਤੇ ਪਾਉਂਦੇ ਸਨ ਗੱਲਾ ਸਮਝਦੇ ਹੋ ਨਾ ਜਿਹਨੂੰ ਅੱਜ ਕੱਲ ਕੈਸ਼ ਕਾਊਂਟਰ ਆਖਦੇ ਨੇ ਉਹਨੂੰ ਗੱਲਾ ਆਖਦੇ ਨੇ ਜਿੱਦੇ ਵਿੱਚ ਪੈਸੇ ਪਾਈਦੇ ਸਨ ਗੱਲੇ ਤੇ ਕਦੀ ਵੀ ਉਹ ਐਸੇ ਬੰਦੇ ਨੂੰ ਨਹੀਂ ਸੀ ਪਾਉਂਦੇ ਵੀ ਜਿਹੜਾ ਜਾਂ ਤੇ ਆਪ ਬੰਦੇ ਸਨ ਜਾਂ ਆਪਣੇ ਸਭ ਤੋਂ ਇਤਵਾਰ ਵਾਲੇ ਬੰਦੇ ਨੂੰ ਗੱਲੇ ਤੇ ਪਾਉਂਦੇ ਸਨ ਇਹ ਜਿਹੜਾ ਇੱਥੇ ਅਸੀਂ ਗੱਲ ਕਰਨ ਡਏ ਹੁਣ ਮੁੰਸ਼ੀ ਵਾਲੀ ਇਹ ਉਦੋਂ ਵੀ ਅਗਲੀ ਗੱਲ ਹੈ ਅਗਲੀ ਗੱਲ ਤੁਸੀਂ ਸੋਚਦੇ ਹੋਗੇ ਕੀ ਹੈ ਇੱਥੇ ਸਿਰਫ ਮਾਮਲਾ ਇਹ ਨਹੀਂ ਹੈਗਾ ਕਿ ਗੱਲੇ 'ਚ ਪੈਸੇ ਕਿੰਨੇ ਪਾਉਣੇ ਨੇ ਤੇ ਕਿੰਨੇ ਕੱਢਣੇ ਨੇ ਇੱਥੇ ਤੇ ਪੂਰਾ ਲੰਮਾ ਕੰਪੂਏ ਖਾਣ ਪੀਣ ਦਾ ਪੂਰਾ ਸਿਸਟਮ ਹੈ ਤੇ ਜੇ ਮੁੰਸ਼ੀ ਆਪਣਾ ਨਹੀਂ ਬੈਠਾ ਤੇ ਫਿਰ ਕੰਮ ਸਾਰਾ ਸਾਰਾ ਮੈਨੂੰ ਦੱਸੋ ਵੀ ਸਾਰਾ ਉਹ ਆਂਦੇ ਵੀ ਈਦ ਨੰਗ ਗਈ ਤੇ ਤੰਬਾ ਭੂਕਣਾ ਇਹ ਕਈਆਂ ਨੂੰ ਸਮਝ ਆ ਗਈ ਹੋਣੀ ਗੱਲ ਦੀ ਤੇ ਕਈਆਂ ਨੂੰ ਸਮਝ ਇਹਦੀ ਨਹੀਂ ਆਉਣੀ ਕਿਸ ਦਿਨ ਫਿਰ ਦਿਹਾਵਾਗੇ ਸਮਝ ਅੱਜ ਦਾ ਇਹ ਮوضوع ਨਹੀਂ ਹੈਗਾ ਉਹ ਭਾਈ ਜੀ ਰੌਲਾ ਹੀ ਇੱਥੇ ਹੈ ਕਿ ਉਹਨਾਂ ਨਵਾਜ਼ ਸ਼ਰੀਫ ਨੂੰ ਹਕੂਮਤ ਦਿੱਤੀ ਹੈ ਤੁਸੀਂ ਵੀ ਸੋਚਦੇ ਹੋਵੋਗੇ ਵੀ ਹਕੂਮਤ ਵੀ ਲੱਗ ਗਈ ਧੀ ਜਿਹੜੀ ਚੀਫ ਮਨਿਸਟਰ ਬਣ ਗਈ ਭਰਾ ਉੱਤੇ ਪ੍ਰਾਈਮ ਮਨਿਸਟਰ ਬਣ ਗਿਆ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਇੰਜ ਜਿਵੇਂ ਉਹਨਾਂ ਨੂੰ ਗੈਸ ਹੋਈ ਜਾਂ ਕਿਸੇ ਵਕੀ ਚ ਘਸੋਂ ਨ ਮਾਰਿਆ ਉਹ ਇੰਜ ਮੂੰਹ ਫੁਲਾ ਕੇ ਬੈਠੇ ਰਹਿੰਦੇ ਨੇ ਤੇ ਮਾਜਰਾ ਕੀ ਹੈ ਮਾਜਰਾ ਇਹ ਹੀ ਹੈ ਕਿ ਚੌਧਰੀ ਨਿਜ਼ਾਮਦੀਨ ਨੇ ਆਪਣਾ ਮੁੰਸ਼ੀ ਲੈਂਦਾ ਮਤਲਬ ਆਪਣਾ ਫਾਈਨਾਂਸ ਮਨਿਸਟਰ ਲਿਆਂਦਾ ਉਹਨਾਂ ਨੇ ਇਹਨਾਂ ਦਾ ਜਿਹੜਾ ਫਾਈਨਾਂਸ ਮਨਿਸਟਰ ਸੀ ਇਹਨਾਂ ਦਾ ਜਿਹੜਾ ਮੁੰਸ਼ੀ ਸੀ ਉਹਨੂੰ ਪਾਸੇ ਤੇ ਹਟਾ ਦਿੱਤਾ ਹੁਣ ਤੁਸੀਂ ਆਖਦੇ ਹੋਵੋਗੇ ਕਿ ਉੱਤੇ ਵਜ਼ੀਰ ਆਜ਼ਮ ਤਸ਼ਬਾਸ਼ ਸ਼ਰੀਫ ਹੀ ਬੈਠਾ ਨਾ ਫਿਰ ਕੀ ਫਰਕ ਪੈਂਦਾ ਹੈ ਤੇ ਫਾਈਨਾਂਸ ਮਨਿਸਟਰ ਨੇ ਕੀ ਕਰਨਾ ਹੈ ਉਹ ਮਤਲਬ ਸ਼ਬਾਸ਼ ਸ਼ਰੀਫ ਆਕੇ ਫਲਾਣੇ ਹਲਕੇ ਚੈਨਾ ਕੰਮ ਕਰਦੇ ਹੋ ਫਲਾਣੇ ਹਲਕੇ ਚੈਨਾ ਕੰਮ ਕਰਦੇ ਹੋ ਤੇ ਉਹ ਚੁੱਪ ਕਰਕੇ ਕੰਮ ਹੋ ਜਾਏਗਾ ਨਹੀਂ ਇੰਜ ਨਹੀਂ ਹੁੰਦਾ ਇਹ ਤੁਹਾਨੂੰ ਮੈਂ ਪੂਰੀ ਗੱਲ ਸਮਝਾਉਣਾ ਹੈ ਕਿ ਮੁਨਸ਼ੀ ਆਪੋ ਆਪਣਾ ਕਿਉਂ ਜ਼ਰੂਰੀ ਹੈ ਹਕੂਮਤ ਇਸ ਤਰੀਕੇ ਨਾਲ ਚੱਲਦੀ ਹੈ ਇਹ ਗੱਲ ਮੁਸ਼ਕਿਲ ਹੈ ਲੇਕਿਨ ਬਾਰੀਕ ਬਾਰੀਕ ਗੱਲ ਹੈ ਲੇਕਿਨ ਇਹਨੂੰ ਜ਼ਰਾ ਮੋਟੀ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਹਕੂਮਤ ਇੰਜ ਨਹੀਂ ਚੱਲਦੀ ਉੱਥੇ ਕੋਈ ਬਾਦਸ਼ਾਹ ਸਲਾਮਤ ਨਹੀਂ ਬੈਠਾ ਹੁੰਦਾ ਕਿ ਵਜ਼ੀਰ ਆਜ਼ਮ ਆਂਦਾ ਹੈ ਕਿ ਉਹ ਫਲਾਣੇ ਥਾਂ ਤੇ ਜਿਹੜੀ ਮੋਟਰਵੇ ਬਣਾ ਦਿਓ ਇੰਜ ਨਹੀਂ ਹੁੰਦਾ ਕੰਮ ਜਦੋਂ ਤੁਸੀਂ ਐਲਾਨ ਕਰਦੇ ਹੋ ਕਿਸੇ ਮਨਸੂਬੇ ਦਾ ਜਾਂ ਕਿਸੇ ਗੱਲ ਦਾ ਤੇ ਉਹ ਮਨਸੂਬਾ ਫਾਈਨਾਂਸ ਪਹਿਲੇ ਪਲੈਨਿੰਗ ਮਿਨਿਸਟਰੀ ਫਾਈਨਾਂਸ ਮਿਨਿਸਟਰੀ ਉੱਥੇ ਜਾਂਦਾ ਹੈ ਫਾਈਨਾਂਸ ਮਿਨਿਸਟਰੀ ਦਾ ਜਿਹੜਾ ਮਿਨਿਸਟਰ ਹੁੰਦਾ ਹੈ ਜਿਹੜਾ ਮੁਨਸ਼ੀ ਹੁੰਦਾ ਉੱਥੇ ਬੈਠਾ ਉਸ ਵੇਲੇ ਦੇ ਚੌਧਰੀ ਨਿਜ਼ਾਮਦੀਨ ਦਾ ਜਿਹੜਾ ਵੀ ਹੋਵੇ ਜਾਂ ਉਸ ਵੇਲੇ ਦੀ ਹਕੂਮਤ ਦਾ ਉਹ ਸਭ ਤੋਂ ਪਹਿਲਾਂ ਉਹਦੀ ਫਿਜ਼ੀਬਿਲਟੀ ਵੇਖਦਾ ਵੇਖਦਾ ਵੀ ਇਹ ਪ੍ਰੋਜੈਕਟ ਹੋ ਸਕਦਾ ਹੈ ਕਿ ਨਹੀਂ ਇਹ ਪ੍ਰੋਜੈਕਟ ਦੇ ਵਿੱਚ ਆਵਾਮ رائے ਆਮਾਂ ਦਾ ਆਵਾਮ ਦਾ ਬਹੁਤਾ ਫਾਇਦਾ ਹੈ ਕਿ ਘੱਟ ਫਾਇਦਾ ਹੈ ਉਹ ਉਹਦੇ ਉੱਤੇ ਅਗਰ ਇਤਰਾਜ਼ ਲਾਦਾ ਹੈ ਤੇ ਉਹ ਵਜ਼ੀਰ ਆਜ਼ਮ ਦੇ ਵੀ ਹੱਥ ਬੱਦ ਬਨ ਜਾਂਦੇ ਨੇ ਜੇ ਉਹ ਵਜ਼ੀਰ ਆਜ਼ਮ ਉਹਦੀ ਮਰਜ਼ੀ ਤੋਂ ਬਗੈਰ ਕੰਮ ਖੋਲੇਗਾ ਤੇ ਕੱਲ ਨੂੰ ਵਜ਼ੀਰ ਆਜ਼ਮ ਵੀ ਨਾਇਬ ਦਾ ਕੇਸ ਭੁਗਤੇਗਾ ਕਹਿਣ ਦਾ ਮਤਲਬ ਇਹ ਹੈ ਕਿ ਵਜ਼ੀਰੇ ਖਜ਼ਾਨਾ ਦਾ ਕੰਮ ਇੰਨਾ ਹੀ ਨਹੀਂ ਹੁੰਦਾ ਸਿਰਫ ਉਹ ਕੋ ਰੁਪਈਏ ਨੇ ਉਹ ਗੱਲੇ ਤੇ ਬੈਠਾ ਹੈ ਤੇ ਵਜ਼ੀਰ ਆਜ਼ਮ ਨੇ ਆਖਿਆ ਇਹਨੂੰ ਦੇ ਦੇ ਨੇ ਕੱਢ ਕੇ ਤੇ ਉਹਨੇ ਉਹਨੂੰ ਕੱਢ ਕੇ ਦੇ ਦਿੱਤੇ ਇਹਨੂੰ ਦੇ ਦੇ ਤੇ ਉਹਨੂੰ ਕੱਢ ਕੇ ਦੇ ਦਿੱਤੇ ਨਾ ਇਹ ਕੰਮ ਨਹੀਂ ਹੁੰਦਾ ਉਹਦਾ ਉਹਦਾ ਕੰਮ ਦਰਜੀ ਦੀ ਦੁਕਾਨ 'ਚ ਉਸ ਬੰਦੇ ਵਾਲਾ ਹੁੰਦਾ ਜਿਹੜਾ ਸਭ ਤੋਂ ਪਹਿਲਾਂ ਕੱਪੜਾ ਮਿਲਦਾ ਤੁਹਾਡਾ ਨਾਪ ਲੈਂਦਾ ਤੁਹਾਡਾ ਮੇਚ ਲੈਂਦਾ ਪੰਜਾਬੀ 'ਚ ਨਾਪ ਨੂੰ ਮੇਚ ਆਖਦੇ ਨੇ ਤੁਹਾਡਾ ਮੇਚਾ ਲੈਂਦਾ ਤੇ ਨਾਲ ਕੱਪੜਾ ਵੀ ਮਿਲਦਾ ਤੇ ਫੇਰ ਦੱਸਦਾ ਵੀ ਕਾਕਾ ਇਹ ਕੁੜਤਾ ਸਿਪ ਸਕਦਾ ਹੈ ਕਿ ਨਹੀਂ ਸਿਪ ਸਕਦਾ ਉੱਥੇ ਫੈਸਲਾ ਹੁੰਦਾ ਹੈ ਇਹ ਪੈਸੇ ਕਿਨੂੰ ਦੇਣੇ ਨੇ ਕਿਨੂੰ ਨਹੀਂ ਦੇਣੇ ਇਹ ਤੇ ਬਾਦ ਦੀਆਂ ਗੱਲਾਂ ਨੇ ਪਹਿਲਾ ਕੰਮ ਫਾਈਨਾਂਸ ਮਿਨਿਸਟਰੀ ਦਾ ਇਹ ਹੁੰਦਾ ਹੈ ਕਿ ਉੱਥੇ ਬਹਿ ਕੇ ਉਹ ਇਹ ਹਿਸਾਬ ਲਾਉਂਦੇ ਨੇ ਕਿ ਇਹ ਜਿਹੜਾ ਪ੍ਰੋਜੈਕਟ ਕਹਿ ਰਹੇ ਨੇ ਦਾ ਮੁਲਕ ਨੂੰ ਫਾਇਦਾ ਬਹੁਤਾ ਹੈ ਕਿ ਨੁਕਸਾਨ ਬਹੁਤਾ ਹੈ ਉਹ ਅਲੱਗ ਗੱਲ ਹੈ ਵੀ ਉੱਥੇ ਵੀ ਅਕਸਰ ਗਲਤ ਫੈਸਲੇ ਹੀ ਹੁੰਦੇ ਨੇ ਲੇਕਿਨ ਜੇ 문ਸ਼ੀ ਆਪਣਾ ਹੋਵੇ ਤਾਂ ਫਿਰ ਗਲਤ ਫੈਸਲੇ ਹੁੰਦੇ ਨੇ ਨਾ ਫਿਰ ਹਸਾਕਦਾਰ ਸਾਹਿਬ ਤੇ ਟਪਾਈ ਆਉਂਦੇ ਨੇ ਜਿਹੜੀ ਸ਼ੈ ਵੀ ਆਖਣਗੇ ਟਪਾਈ ਜਾਣਗੇ ਚੱਲਣ ਦਿਓ ਘੁੱਗੀ ਮਾਰੀ ਆਉਣਗੇ ਅੱਖਾਂ ਬੰਦ ਕਰਕੇ ਜਦੋਂ 문ਸ਼ੀ ਕਿਸੇ ਹੋਰ ਦਾ ਹੋਣਾ ਹੈ ਤੇ ਉਹਨੇ ਫਿਰ ਪ੍ਰੋਜੈਕ ਹੁਣ ਚੌਰੀ ਨizamuddin ਸਾਹਿਬ ਨੇ ਲੁੱਟ ਪੈਣ ਕੇ ਮੰਗ ਪੈਣ ਕੇ ਇਹਨਾਂ ਨੂੰ ਇਹ ਹਕੂਮਤ ਤੇ ਬਣਾ ਦਿੱਤੀ 17 ਸੀਟਾਂ ਵਾਲਿਆਂ ਨੂੰ ਵਜ਼ੀਰ ਆਜ਼ਮ ਬਣਾਤਾ ਤੇ ਥੱਲੇ 38 40 ਸੀਟਾਂ ਵਾਲੀ ਸਾਡੀ ਬਾਜੀ ਨੂੰ ਵਜ਼ੀਰ ਆਲਾ ਬਣਾਤਾ ਉੱਤੇ ਉਹਨਾਂ ਆਖਿਆ ਕਿ ਜਨਾਬੇ ਆਲੀ Munshi ਸਾਡਾ ਆਪਣਾ ਉਹਨਾਂ ਲਾ ਕੇ ਲਿਆ ਕੇ ਬਾਤਾਂ ਹੁਣ ਅਗਰ ਸ਼ਬਾਸ਼ ਸ਼ਰੀਫ ਸਾਹਿਬ ਕੱਲ ਨੂੰ ਐਲਾਨ ਕਰਦੇ ਨੇ ਪੀ ਇਹ ਤੇ ਹਕੂਮਤ ਖਾਣ ਪੀਣ ਵਾਸਤੇ ਆਉਂਦੇ ਨਾ ਹੁਣ ਮੈਨੂੰ ਦੱਸੋ ਪੀ ਜੇ ਖਾਣ ਪੀਣ ਹੀ ਨਹੀਂ ਹੈਗਾ ਹੈ ਜੇ ਖਾਣ ਪੀਣ ਦਾ ਰੌਲਾ ਹੀ ਨਹੀਂ ਹੈਗਾ ਤੇ ਫਿਰ ਮੈਨੂੰ ਦੱਸੋ ਪੀ ਜੇ ਗਿੱਦੜ ਨੇ ਸਮਾਦ ਦੇ ਵਿੱਚ ਰਹਿਣਾ ਪਰ ਉਹ ਰਾਬ ਨਹੀਂ ਪੀ ਸਕਦਾ ਤੇ ਫਿਰ ਮੈਨੂੰ ਦੱਸੋ ਵੀ ਗਿੱਦੜ ਨੇ ਉਸ ਰਾਬ ਨੂੰ ਫੂਕਣਾ ਜਿਹੜੀ ਉਹਨੂੰ ਪੀਣ ਨੂੰ ਨਾਲ ਲੱਭੇ ਇਹਨਾਂ ਜਿਹੜੀ ਐਡੀ ਕਾਲਕ ਮੂੰਹ ਤੇ ਮਲੀ ਹੈ ਸਾਰਾ ਕੁਝ ਕੀਤਾ ਕਾਤੋਂ ਕੀਤਾ ਸੀ ਇਹ ਇਹਨਾਂ ਨੇ ਇਸ ਤੋਂ ਕੀਤਾ ਸੀ ਵੀ ਹਕੂਮਤ ਚ ਬਾਵਾਂਗੇ ਫਿਰ ਦੁਬਾਰਾ ਉਹ ਜਿਹੀ ਕੰਮ ਕਰਾਂਗੇ ਕਿਤੇ ਜਨਾਬ ਮੋਟਰਵੇ ਅਨਾਉਂਸ ਕਰਾਂਗੇ ਤੇ ਕਿਤੇ 에어ਪੋਰਟ ਗਿਰਵੀ ਰੱਖਾਂਗੇ ਤੇ ਕਿਤੇ ਹੋਰ ਕਰਾਂਗੇ ਤੇ ਕਿਤੇ ਇਹ ਪ੍ਰੋਜੈਕਟ ਕਰਾਂਗੇ ਤੇ ਕਿਤੇ ਉਹ ਕਰਾਂਗੇ ਕਿਤੇ ਆਸ਼ਿਆਨਾ ਸਕੀਮ ਤੇ ਕਿਤੇ ਫਲਾਨੀ ਸਕੀਮ ਉਹਦੇ ਚੋਂ ਮਾਲ ਪਾਣੀ ਇਕੱਠਾ ਕਰਾਂਗੇ ਹੁਣ ਸਾਇਆ ਨੇ ਇਹਨਾਂ ਦਾ ਮੁੰਸ਼ੀ ਕਰ ਦਿੱਤਾ ਪਾਸੇ ਤੇ ਤੇ ਆਪਣਾ ਦਾਤ ਦਿੱਤਾ ਮੁੰਸ਼ੀਬਾ ਹੁਣ ਮੁੰਸ਼ੀ ਜਿਹੜਾ ਵਜ਼ੀਰੇ ਖਜ਼ਾਨਾ ਹੁੰਦਾ ਹੈ ਨਾ ਉਹ وزارت ਖਜ਼ਾਨਾ ਤੇ ਵੀ ਬੈਠਾ ਹੁੰਦਾ ਹੈ ਤੇ ਨਾਲ ਬੜੀਆਂ ਸਾਰੀਆਂ ਕਮੇਟੀਆਂ ਹੁੰਦੀਆਂ ਜਿਨ੍ਹਾਂ ਦੇ ਤੇ ਬੈਠਾ ਹੁੰਦਾ ਜਿਨ੍ਹਾਂ ਦੇ ਵਿੱਚੋਂ ਪ੍ਰੋਜੈਕਟ ਅਪਰੂਵ ਹੋ ਕੇ ਨਿਕਲਣਾ ਹੁਣ ਕਹਿਣ ਦਾ ਮਤਲਬ ਹੈ ਕਿ ਚੌਰੀ ਨizamdin ਨੇ ਨਾ ਸਿਰਫ ਇਹਨਾਂ ਦੀ ਧੌਣ ਤੇ ਗੂਠਾ ਰੱਖਿਆ ਬਲਕਿ ਗੋਡਾ ਰੱਖਿਆ ਇਆ ਵੀ ਤੁਸੀਂ ਕਹਿ ਸਕਦੇ ਹੋ ਵੀ ਧੌਣ ਤੇ ਗੂਠਾ ਰੱਖਿਆ ਹੈ ਤੇ ਧੁੰਨੀ ਦੇ ਉੱਤੇ ਗੋਡਾ ਰੱਖਿਆ ਇਸੇ ਤੋਂ ਮੀਆਂ ਸਾਹਿਬ ਦਾ ਮੂੰਹ ਜਿਹੜਾ ਨਾ ਉਹ ਇੰਜ ਹੀ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਵੇਂ ਕਿਸੇ ਨੇ ਵੱਖੀ ਚ ਘਸੌਣ ਦਿੱਤਾ ਹੋਵੇ ਤੇ ਬੰਦੇ ਦਾ ਤਰਾਅ ਨਿਕਲਿਆ ਹੋਵੇ ਉਹੋ ਜਿਹਾ ਮੀਆਂ ਸਾਹਿਬ ਦੀ ਸ਼ਕਲ ਤੁਹਾਨੂੰ ਟੈਲੀਵਿਜ਼ਨ ਤੇ ਨਜ਼ਰ ਆਉਂਦੀ ਹੈ ਤੇ ਰੌਲਾ ਬੜਾ ਪਾਉਂਦੇ ਨੇ ਕੱਚਾ ਧੂਆਂ ਵੀ ਮਾਰਦੇ ਨੇ ਹੁਣ ਤੁਸੀਂ ਆਖੋਗੇ ਕੱਚਾ ਧੂਆਂ ਕੀ ਹੁੰਦਾ ਇਹਦੇ ਤੇ ਵੀ ਕਿਸੇ ਦਿਨ ਚਾਨਣ ਪਾਵਾਂਗੇ ਲੰਮਾ ਲੇਕਿਨ ਜਿਹੜੀ ਗੱਡੀ ਦਾ ਇੰਜਣ ਖਰਾਬ ਹੋਵੇ ਨਾ ਔਰ ਜਿਹੜੀ ਗੱਡੀ ਪੂਰੀ ਤਰ੍ਹਾਂ ਆਪਣਾ ਤੇਲ ਨਾ ਸਾੜ ਸਕਦੀ ਹੋਵੇ ਕਿਉਂਕਿ ਇੰਜਨ ਖਰਾਬ ਹੋਵੇ ਤਾਂ ਫਿਰ ਕੱਚਾ ਧੂਆ ਮਾਰਦੀ ਹੈ ਕੱਚਾ ਤੇਲ ਬਾਹਰ ਮਾਰਦੀ ਹੈ ਹੁਣ ਤੁਸੀਂ ਆਖੋ ਵੀ ਨੂਨ ਲੀਗ ਵਾਲੇ ਕਿਵੇਂ ਕੱਚਾ ਧੂਆ ਮਾਰਦੇ ਨੇ ਇੱਥੇ ਗਲਤ ਕਿਸੇ ਦਿਨ ਕਰਾਂਗੇ ਲੇਕਿਨ ਇਹ ਜਿਹੜੇ ਜਵੇਦ ਲਤੀਫ ਸਾਹਿਬ ਜਿਹੜੇ ਨੇ ਇਹ ਮਿਸੇ ਮਿਸੇ ਬਿਆਨ ਦਿੰਦੇ ਨੇ ਜਿਹੜੇ ਮਿਸੇ ਇਹ ਜਿਹੜੀਆਂ ਮਿਸੀਆਂ ਰੋਟੀਆਂ ਵਰਗੇ ਬਿਆਨ ਦਿੰਦੇ ਨੇ ਦੂਜੇ ਦੂਜੇ ਦਿਨ ਇਹ ਨਵਾਜ਼ ਸ਼ਰੀਫ ਦੀ ਜ਼ੁਬਾਨ ਹੀ ਬੋਲਦੇ ਨੇ ਆਪਣੀ ਨਹੀਂ ਬੋਲਦੇ ਇਹ ਜਵੇਦ ਲਤੀਫ ਸਾਹਿਬ ਅਸਲ ਦੇ ਵਿੱਚ ਨਵਾਜ਼ ਸ਼ਰੀਫ ਦੇ ਸਲੰਸਰ ਨੇ ਜਿਹੜੀ ਗੱਲ ਨਵਾਜ਼ ਸ਼ਰੀਫ ਨੇ ਕਰਨੀ ਹੁੰਦੀ ਉਹ ਜਵੇਦ ਲਤੀਫ ਸਾਹਿਬ ਦੇ ਰਾਈ ਤੇ ਇਹ ਜਿਸ ਵੇਲੇ ਮੁੰਸ਼ੀ ਉਹਨਾ ਬਦਲ ਦਿੱਤਾ ਗੱਲੇ ਤੇ ਬੰਦਾ ਆਪਣਾ ਪਾ ਲਿਆ ਬਲਕਿ ਦੂਸਰੇ ਲਫ਼ਜ਼ਾਂ ਚ ਕਹੋ ਵੀ ਗੱਲੇ ਨੂੰ ਚਾਬ ਕੁੰਡੀ ਮਾਰ ਕੇ ਤਾਲਾ ਮਾਰ ਕੇ ਜੰਦਰਾ ਪੰਜਾਬੀ ਚ ਤਾਲੇ ਨੂੰ ਆਖਦੇ ਨੇ ਉਹਨਾਂ ਜਨਾਬ ਜੰਦਰਾ ਮਾਰ ਕੇ ਤੇ ਉਹਨਾਂ ਕੁੰਜੀ ਜੇਬ ਚ ਪਾ ਲਈ ਚਾਬੀ ਨੂੰ ਕੁੰਜੀ ਆਖਦੇ ਨੇ ਉਹਨਾਂ ਕੁੰਜੀ ਪਾ ਲਈਏ ਖੀਸੇ ਚ ਤੇ ਰਫੂ ਚੱਕਰ ਹੋ ਗਏ ਨੇ ਹੁਣ ਇਹ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਰੇਲੂ ਕੱਟੇ ਸਨ ਸਾਰੇ ਇਹ ਤੇ ਮਾਲ ਪਾਣੀ ਖਾਣ ਆਏ ਸਨ ਗਿੱਦੜ ਮੈਲ ਸ਼ੈਲ ਖਾਣ ਆਏ ਸਨ ਇਹਨਾਂ ਨੂੰ ਪੈ ਗਈ ਮੁਸੀਬਤ ਵੀ ਹੁਣ ਦੱਸੋ ਲਿੱਤਰ ਆਵਾਮ ਦੇ ਸਾਨੂੰ ਪੜਨੇ ਨੇ ਮਾਲ ਪਾਣੀ ਖਾਣ ਵਾਸਤੇ ਅਸੀਂ ਸਾਰਾ ਕੰਮ ਕਰਨ ਡਏ ਸਾਂ ਮਾਲ ਪਾਣੀ ਚੌਧਰੀ ਨਜ਼ਾਮਦੀਨ ਨੇ ਆਪਣੇ ਕਸਟਡੀ ਚ ਲੈ ਲਿਆ ਤੇ ਅਸੀਂ ਕਿਹੜੇ ਪਾਸੇ ਜਾਵਾਂਗੇ ਐ ਜੇ ਰੌਲਾ ਤੇ ਐ ਜੇ ਗੱਲ ਤੇ ਐ ਜੇ ਬਾਤ ਇਹਨਾਂ ਦਾ ਜਿਹੜਾ ਮੁੰਸ਼ੀ ਏ ਚੌਧਰੀ ਨਜ਼ਾਮਦੀਨ ਨੇ ਉਹਨੂੰ ਰਿਜੈਕਟ ਕਰ ਦਿੱਤਾ ਸਾਗਡਾਰ ਨੂੰ ਉਹਨੂੰ ਆਖਿਆ ਵੀ ਤੂੰ ਉੱਥੇ ਬਹਿ ਜਾ ਫਾਰਨ ਮਿਨਿਸਟਰ ਮਿਨਿਸਟਰੀ ਜਾ ਕੇ ਤੇ ਉੱਥੇ ਵੀ ਉਹਨੂੰ ਕੰਮ ਨਹੀਂ ਕਰਨ ਦੇਣਾ ਕਿਉਂਕਿ ਉੱਤੇ ਇਤਬਾਰ ਨਹੀਂ ਹੈਗਾ ਉੱਥੇ ਵੀ ਤਿੰਨ ਚਾਰ ਬੰਦੇ ਜਿਹੜੇ ਨਾ ਉਹਨੂੰ ਲਾਦਦੇ ਨੇ ਤੇ ਉਹਦਾ ਹਾਲ ਐਵੇਂ ਹੀ ਐ ਜਿਵੇਂ ਪੁਰਾਣਾ ਸਾਈਕਲ ਜਾਂ ਪੁਰਾਣਾ ਗੱਡਾ ਕਿਤੇ ਹਵੇਲੀ ਦੇ ਵਿੱਚ ਨੁਕਰੇ ਠੋਕਿਆ ਹੁੰਦਾ ਨਾ ਇਹ ਜੋ ਉਹਨੂੰ ਨੁਕਰੇ ਲਾ ਦਿੰਦਾ ਤੇ ਉਹ ਜਲੀਲ ਆ ਸਾਹਿਬ ਨੇ ਇੱਕ ਉਹ ਕੰਮ ਕਰਨਗੇ ਜਲੀਲ ਅਬਾਦ ਸਾਹਿਬ ਤੇ ਦੂਜਾ ਨਾਲ ਤਾਰਕ ਫਾਤਮੀ ਤੇ ਕੋ ਹੋਰ ਇੱਕ ਦੋ ਬੰਦੇ ਆਪਣਾ ਕੰਮ ਕੂਮ ਚੁੱਕੀ ਜਾਣਗੇ ਤੇ ਉਹਨੂੰ ਆਖਿਆ ਫਾਈਨਾਂਸ ਮਿਨਿਸਟਰੀ ਵਾਲੇ ਪਾਸੇ ਤੇਰਾ ਕੋਈ ਕੰਮ ਨਹੀਂ ਹੁਣ ਇਸ ਗੱਲ ਦੀ ਊਲ ਉੱਠੀ ਐ ਪੂਰੀ ਨੂਨ ਲੀਗ ਨੂੰ ਤੇ ਇਹਨਾਂ ਨੂੰ ਹੁਣ ਸਮਝ ਨਹੀਂ ਆਉਂਦੀ ਵੀ ਅਸੀਂ ਮਾਲ ਇਹ ਐਸ ਵਾਰੀ ਮਾਲ ਪਾਣੀ ਚੌਰੀ ਨਿਜ਼ਾਮਦੀਨ ਨੇ ਸਾਰਾ ਖਾਣਾ ਹੈ ਜਾਂ ਸਾਨੂੰ ਵੀ ਇਹਨਾਂ ਨੇ ਹਿੱਸਾ ਦੇਣਾ ਹੈ ਹੁਣ ਵੇਖਦੇ ਆਂ ਇਹ ਗੱਲ ਕਿਸ ਪਾਸੇ ਨੂੰ ਧੁਰਦੀ ਹੈ ਲੇਕਿਨ ਅੱਜ ਤੁਹਾਨੂੰ ਸਮਝਾਉਣ ਦਾ ਮਕਸਦ ਇਹ ਸੀ ਕਿ ਜਿਹੜਾ ਤੁਸੀਂ ਸਮਝਦੇ ਹੋ ਕਿੜਾ ਫਾਈਨਾਂਸ ਮਿਨਿਸਟਰ ਵਜ਼ੀਰ-ਏ-ਖਜ਼ਾਨਾ ਹੁੰਦਾ ਇਹਦਾ ਕੰਮ ਬਸ ਇਹ ਹੁੰਦਾ ਵੀ ਗੱਲੇ ਤੇ ਬੈਠਾ ਗਿਣ-ਗਿਣੇ ਪੈਸੇ ਦੇਈ ਜਾਂਦਾ ਨਾ ਇਹਦਾ ਕੰਮ ਬਹੁਤ ਜ਼ਿਆਦਾ ਇਸ ਤੋਂ ਸੰਗਣਾ ਹੁੰਦਾ ਔਰ ਇਹਨੇ ਹਰ ਜਿਹੜਾ ਮਨਸੂਬਾ ਆਉਣਾ ਉਹਨੂੰ ਉਹ ਐਂਜ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੱਪੜਾ ਜਾਂਦਾ ਹੈ ਦਰਜੀ ਦੇ ਕੋਲ ਤੇ ਪਹਿਲਾਂ ਉਹਦਾ ਮੇਚ ਲਿਆ ਜਾਂਦਾ ਬੰਦੇ ਦਾ ਤੇ ਫਿਰ ਕੱਪੜੇ ਨੂੰ ਮਿਲਿਆ ਜਾਂਦਾ ਵੀ ਬਾਹ ਤੇਰਾ ਕੱਪੜਾ ਬਣੇਗਾ ਕਿ ਨਹੀਂ ਫਾਈਨਾਂਸ ਮਿਨਿਸਟਰ ਦਾ ਪਹਿਲਾ ਕੰਮ ਹੁੰਦਾ ਵੀ ਇਹ ਪ੍ਰੋਜੈਕਟ ਕਰਨਾ ਕਿ ਨਹੀਂ ਇਹ ਕਰਨ ਵਾਲਾ ਕਿ ਨਹੀਂ ਇਹ ਹੋ ਸਕਦਾ ਕਿ ਨਹੀਂ ਉਹਨੇ ਉਹਦੇ ਉੱਤੇ ਇਤਰਾਜ਼ ਲਾਉਣਾ ਹੈ ਕੱਲ ਨੂੰ ਅਗਰ ਲੱਗੇ ਹੋਏ ਇਤਰਾਜ਼ ਦੇ ਬਾਵਜੂਦ ਤੁਸੀਂ ਪ੍ਰੋਜੈਕਟ ਕੀਤਾ ਤੇ ਨਾਇਬ ਨੇ ਫੜ ਕੇ ਤੁਹਾਨੂੰ ਅੰਦਰ ਪਾ ਦੇਣਾ ਹੈ ਆਡਿਟ ਦੇ ਆਡਿਟ ਹੋਣ ਤੋਂ ਬਾਅਦ ਕਿ ਇੱਥੇ ਕਰਪਸ਼ਨ ਹੋਈ ਸੀ ਇਹ ਤੇ ਪ੍ਰੋਜੈਕਟ ਹੋਣਾ ਹੀ ਨਹੀਂ ਚਾਹੀਦਾ ਤੇ ਤੁਸੀਂ ਕਰ ਕਿਉਂ ਦਿੱਤਾ ਤੇ ਜਦੋਂ ਪ੍ਰੋਜੈਕਟ ਨਹੀਂ ਹੋਣੇ ਭਾਈ ਜੀ ਤੇ ਫਿਰ ਕੋਈ ਸਰੀਆ ਕਿਸੇ ਮਿਲਦਾ ਵਿਕੇਗਾ ਪ੍ਰੋਜੈਕਟ ਹੋਣਗੇ ਤੇ ਇਟਾਂ ਛੱਟਾਂ ਖਰੀਦੀਆਂ ਜਾਣਗੀਆਂ ਸੜਕਾਂ ਬਣਨਗੀਆਂ ਲੈਂਟਰ ਪਹਿਣਗੇ ਤੇ ਲੈਂਟਰ ਪਹਿਣਗੇ ਤੇ ਗਾਰਡਰ ਲਿਫਣਗੇ ਨਾ ਉਹ ਇੱਕ ਮੁਗਲ ਟੀਆਰ ਵਾਲਿਆਂ ਦੀ ਮਸ਼ਹੂਰੀ ਹੁੰਦੀ ਸੀ ਵੀ ਗਾਰਡਰ ਲਿਫਗੇ ਨੇ ਤੇ ਉਹ ਗਾਰਡਰ ਜਨਾਬ ਇਹਨਾਂ ਦੇ ਹੁਣ ਇਸ ਵੇਲੇ ਗਾਰਡਰ ਲਿਫਗੇ ਨੇ ਗੱਲ ਇਹਦੇ ਤੇ ਵੀ ਕਿਸੇ ਦਿਨ ਦੁਬਾਰਾ ਚਾਨਣ ਪਾਵਾਂਗੇ ਇਹ ਵੀ ਪੂਰਾ ਇੱਕ ਐਕਸਪ੍ਰੈਸ਼ਨ ਹੈ ਪੰਜਾਬੀ ਦਾ ਗਾਰਡਰ ਲਿਫਗੇ ਨੇ ਇਹ ਗੱਲ ਤੇ ਗਾਰਡਰ ਦੀ ਹੈ ਪਰ ਇਹਦੇ ਵਿੱਚ ਕਈ ਕੁਝ ਨਿਕਲਦਾ ਵੀ ਗਾਰਡਰ ਲਿਫਗੇ ਨੇ ਤੇ ਤੁਰਦਿਆਂ ਤੁਰਦਿਆਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੇ ਨਾਲ ਅਸੀਂ ਜਿਹੜੇ ਨਾ ਤੁਹਾਡੇ ਕਮੈਂਟ ਵੀ ਸ਼ਾਮਿਲ ਕਰਿਆ ਕਰਾਂਗੇ ਅੱਜ ਦਾ ਕਮੈਂਟ ਤੁਹਾਡੇ ਸਾਹਮਣੇ ਸਾਦ ਰਿਆਸਬ ਦਾ ਰੱਖਦੇ ਬੜਾ ਹੀ ਸੁਨੱਖਾ ਕਮੈਂਟ ਉਹਨਾਂ ਨੇ ਕੀਤਾ ਹੈ ਤੇ ਅੱਜ ਦੀ ਜਿਹੜੀ ਸੂਰਤ ਹਾਲ ਹੈ ਇਦੋਂ ਇਦੋਂ ਚੰਗਾ ਕਮੈਂਟ ਜਿਹੜਾ ਹੋ ਨਹੀਂ ਸਕਦਾ ਫੀਡਬੈਕ ਨਹੀਂ ਸੀ ਆ ਸਕਦੀ ਉਹ ਨਾ ਕਿਹਾ ਕਿ ਗਿਲ ਸਾਹਿਬ ہماری ਤਾਂ ਜ਼ਿੰਦਗੀ ਖਤਮ ਹੈ ਇੱਕ ਸੂਟ ਲੈਂਦੇ ہیں ਸਰਦੀ ਮੇਂ ਔਰ ਇੱਕ ਜੂਤਾ ਦੋ ਸਰਦੀਆਂ ਚਲਤੀ ਹੈ ਇਹ ਗੱਲ ਸੱਚੀ ਹੈ ਇਹ ਕਈਆਂ ਨੂੰ ਇਹ ਗੱਲ ਮਖੌਲ ਲੱਗਣ ਦੀ ਹੁੰਨੀ ਯਾਰੇ ਕਿਹੜੀਆਂ ਗੱਲਾਂ ਕਰਦਾ ਹੈ ਕਿਹੜੇ ਇਹ ਮਰੀਖ ਤੇ ਰਹਿੰਦਾ ਬੰਦਾ ਵੀ ਇੱਕ ਸੂਟ ਪੂਰੀਆਂ ਸਰਦੀਆਂ ਚ ਲੈਂਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਮਾੜੇ ਬੰਦੇ ਦੇ ਜਿਹੜੇ ਉਹਨਾਂ ਨੂੰ ਪੈਂਡੇ ਪਏ ਨੇ ਉਹਨਾਂ ਪੈਂਡਿਆਂ ਦਾ ਪਤਾ ਨਹੀਂ ਇਹਨਾਂ ਲੋਕਾਂ ਨੂੰ ਉਹ ਆਂਦੇ ਨੇ ਵੀ ਗੱਲ ਸਾਹਿਬ ہماری ਤਾਂ ਜ਼ਿੰਦਗੀ ਖਤਮ ਹੈ ਇੱਕ ਸੂਟ ਲੈਂਦੇ ਹਨ ਸਰਦੀ ਮੇਂ ਔਰ ਇੱਕ ਜੂਤਾ ਦੋ ਸਰਦੀਆਂ ਇੱਕ ਵਾਰੀ ਜਿਹੜੀ ਜੁੱਤੀ ਲੈਨੇ ਉਹ ਦੋ ਸਮੇਂ ਚਲਾਉਨੇ ਆ ਦੋ ਸਰਦੀਆਂ ਚਲਾਉਨੇ ਔਰ ਗਰਮੀ ਮੇਂ ਦੋ ਸੂਟ ਲੈਂਦੇ ਹਨ ਇੱਕ ਵੱਡੀ ਤੇ ਇੱਕ ਛੋਟੀ ਤੇ ਇੱਕ ਜੁੱਤੀ ਲੈਣੀ ਲੈਣੀ ਤੇ ਡਾਕੂ ਰਾਣੀ ਅ ਨੇ ਕਿੰਨੇ ਕਰੋੜ ਦੇ ਸ਼ਾਇਦ ਗੱਡੀ ਦੇ ਟਾਇਰਾਂ ਸ਼ਾਰਾਂ ਦੀ ਉਹ ਗੱਲ ਕਰਨ ਡੈ ਨੇ ਮੈਨੂੰ ਸਮਝ ਨਹੀਂ ਆਂਦੀ ਉਹਨਾਂ ਨੇ ਜਿਹੜੀ ਪੰਜਾਬੀ ਕਿਹੋ ਜਿਹੀ ਲਿਖੀ ਹੈ ਇੱਥੇ ਪੜ੍ਹੀ ਨਹੀਂ ਮੇਰੇ ਕੋਲ ਜਾਣ ਡਈ ਲੇਕਿਨ ਮੇਰਾ ਖਿਆਲ ਹੈ ਕਿ ਉਹ ਜਿਹੜੀ ਉਹਨਾਂ ਨੇ ਟਾਇਰ ਸ਼ਹਿਰ ਆਪਣੀ ਕਾਰ ਦੇ ਪੁਆਏ ਨੇ ਕੋ 2 ਕਰੋੜ ਤੇ 73 ਲੱਖ ਰੁਪਏ ਦੇ ਹਾਂਜੀ ਟਾਇਰ ਟਾਇਰ ਬਿਲਕੁਲ ਤੁਹਾਨੂੰ ਹੁਣ ਤੁਹਾਡੇ ਕੰਨਾਂ ਦੇ ਵਿੱਚੋਂ ਧੂਆ ਨਿਕਲ ਗਿਆ ਆ ਗਿਆ ਗੱਲ ਸੁਣ ਕੇ ਕਿ ਬਾਜੀ ਮਰੀਮ ਨੇ 2 ਕਰੋੜ ਤੇ 73 ਲੱਖ ਰੁਪਏ ਦੇ ਆਪਣੀ ਗੱਡੀ ਨੂੰ ਟਾਇਰ ਤੇ ਵਿੱਚ ਜਿਨ੍ਹਾਂ ਦੇ ਉੱਤੇ ਪੈਰ ਰੱਖ ਕੇ ਬੈਈਦਾ ਨਾ ਮੈਟ ਉਹ 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 ਛਾੜੇ ਜਏ ਜਿਹੜੇ ਬਾਹਰ ਕੱਢ ਕੇ ਸਾਫ਼ ਕਰ ਲੀਦੇ ਨੇ ਗੱਡੀ ਚੋਂ ਉਹ ਜਿਹੜੇ ਛਾੜੇ ਜੈ ਨੇ ਤੇ ਨਾਲ ਜਿਹੜੇ ਟਾਇਰ ਨੇ ਉਹ 2 ਕਰੋੜ ਤੇ 73 ਲੱਖ ਦੇ ਪਾਏ ਨੇ ਉਹ ਸਾਧ ਰਿਆਸਬ ਮੇਰਾ ਖਿਆਲ ਹੈ ਉਹਦੇ ਨਾਲ ਉਹ ਕਹਿੰਦੇ ਨੇ ਕਿ ਜਿਹੜੀ ਡਾਕੂ ਰਾਣੀ ਆ ਰੋਜ਼ ਪਤਾ ਨਹੀਂ ਕਿੰਨੇ ਕਰੋੜ ਦੇ ਜਿਹੜੇ ਨੇ ਉਹ ਕੱਪੜੇ ਲੈਂਦੀ ਹੈ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਾਵਾਂ ਲੈਂਦੇ ਨੇ ਤੇ ਜਾਂ ਉਡਾਉਂਦੀ ਫਿਰਦੀ ਹੈ ਇਹ ਗੱਲਾਂ ਲਿਖ ਰਹੇ ਨੇ ਮੇਰਾ ਖਿਆਲ ਹੈ ਗੱਲ ਇਹਨਾਂ ਨੇ ਉਹ ਟਾਇਰਾਂ ਦੇ ਹਿਸਾਬ ਨਾਲ ਕੀਤੀ ਹੈ ਤੇ ਗੱਲਾਂ ਤੁਹਾਡੀਆਂ ਠੀਕ ਨੇ ਸਾਧ ਜੀ ਸਾਹਿਬ ਮਾੜੇ ਬੰਦੇ ਦਾ ਹਾਲ ਹੈ ਇਸ ਵੇਲੇ ਕੋਈ ਨਹੀਂ ਮਾੜਾ ਬੰਦਾ ਤੇ ਆਟਾ ਲੱਭਦਾ ਫਿਰਦਾ ਹੈ ਤੇ ਉਹਦੀ ਤੇ ਹਾਲਤ ਜਿਹੜੀ ਹੈ ਉਹ ਗੈਰ ਹੋਈ ਹੋਈ ਹੈ ਉਹਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਪਾਸੇ ਜਾਈਏ ਲੇਕਿਨ ਇਹਦਾ ਹੱਲ ਇੱਕੋ ਹੀ ਜੇ ਮੈਂ ਤੁਹਾਨੂੰ ਦੱਸਾਂ ਹੋਰ ਇਹਦਾ ਹੱਲ ਕੋਈ ਨਹੀਂ ਕਿ ਆਵਾਮ ਨੇ ਜਿਨ੍ਹਾਂ ਨੂੰ ਵੋਟ ਦਿੱਤਾ ਉਹਨਾਂ ਨੂੰ ਇਹ ਨਹੀਂ ਮੈਂ ਆਖਣ ਦੇ ਆ ਵੀ ਇਹ ਤਰੀਕੇ ਇਨਸਾਫ ਨਾ ਨਾ ਜਿੰਨੂੰ ਵੀ ਆਵਾਮ ਵੋਟ ਦੇਵੇ ਜਦੋਂ ਵੀ ਦੇਵੇ ਜਿੰਨੂੰ ਵੋਟ ਲੱਭੇ ਉਹਨੂੰ ਉੱਤੇ ਬਾਓ ਉਹ ਆਵਾਮ ਦੇ ਫੈਸਲੇ ਕਰੇ ਔਰ ਉਹਨੂੰ ਪਤਾ ਹੋਵੇ ਕਿ ਮੈਨੂੰ ਕਿਸੇ ਨਿਜ਼ਾਮਦਾਰ ਨੇ ਨਹੀਂ ਬਦਲਣਾ ਜੇ ਮੈਂ ਭੈੜਾ ਕੰਮ ਕੀਤਾ ਤੇ ਅਗਲੀ ਵਾਰੀ ਆਵਾਮ ਨੇ ਮੈਨੂੰ ਮਾਈਨਸ ਕਰ ਦੇਣਾ ਤਾਂ ਕਿ ਉਹ ਆਵਾਮ ਦੇ ਫਾਇਦੇ ਦੇ ਕੰਮ ਕਰੇ ਔਰ ਆਵਾਮ ਦਾ ਕੋਈ ਸਾਹ ਨਿਕਲੇ ਤੇ ਕੰਮ ਅੱਗੇ ਤੁਰੇ ਲਓ ਹੁਣ ਮੈਨੂੰ ਫਿਰ ਇਜਾਜ਼ਤ ਦਿਓ ਰੱਬ ਰੱਖਾ